ਐਲਕੋਹਲ ਕੰਜ਼ਮਪਸ਼ਨ ਇਜ਼ ਇੰਜੂਰੀਅਸ ਟੂ ਹੈਲਥ। ਸ਼ਰਾਬ ਪੀਣਾ ਸਿਹਤ ਲਈ ਹਾਨੀਕਾਰਕ ਹੈ। ਮੈਂ ਕਿਹਾ ਜੀ ਅੱਜ ਪੂਰਨਮਾਸ਼ੀ ਦਾ ਦਿਨ ਆ, ਕਿਉਂ ਨਾ ਆਪਾਂ ਗੁਰਦੁਆਰਾ ਸਾਹਿਬ ਚੱਲ ਆਈਏ, ਕਿਤੇ ਰਾਬਾ ਬਣੀ ਵੀ ਸੁਣ ਲੈ। ਦੇਖ ਪਰਮਜੀਤ, ਮੇਰਾ ਤਾਂ ਤੇਰੇ ਰੱਬ ਤੋਂ ਵਿਸ਼ਵਾਸ ਫੂਸ਼ ਉੱਠਿਆ। ਜੇ ਤੂੰ ਕਹਿਣੀ ਹੈ ਤਾਂ ਚੱਲ ਚੱਲ ਆਉਣੇ ਆ। ਚੰਗਾ ਜੀ, ਫਿਰ ਚੱਲੀਏ ਆਪਾਂ। ਚਲੋ ਜੀ ਗੌਰਮੈਂਟ ਜੀ। ਹਾਂਜੀ, ਤੁਸੀਂ ਰੈਡੀ ਹੋ? ਚੱਲੀਏ ਆਪਾਂ। ਹਾਂਜੀ ਬਾਈ ਜੀ, ਬਹੁਤ ਵਧੀਆ। ਬਸ ਤੁਸੀਂ ਸੁਣਾਓ, ਸੱਚ ਤੇਰਾ ਕੀ ਬਣਿਆ? ਢਿੱਲੋਂ ਵਾਲੇ ਕੇਸ ਦਾ ਉਹ ਬਸ ਚੱਲੀ ਜਾਂਦਾ, ਕੋਰਟ ਕਚਹਿਰੀਆਂ ਦੇ ਕੰਮ ਹੈ, ਕਿਹੜਾ ਛੇਤੀ ਮੁੱਕਦੇ ਆ। ਹਾਂ ਇਹ ਤਾਂ ਹੈ ਜੀ। ਉਹ ਸੱਚ ਤੇਰੇ ਘਰੇ ਕੋਈ ਮਾਲਕ ਨੇ ਕਿਰਪਾ ਕੀਤੀ? ਕਿਰਪਾ? ਕਿਹੜੀ ਕਿਰਪਾ? ਵੀਰ ਜੀ, ਤੁਹਾਡੇ ਘਰ ਕੋਈ ਮਾਲਕ ਨੇ ਧੀ ਪੁੱਤ ਦੀ ਕਿਰਪਾ ਕੀਤੀ? ਮੈਂ ਕੁਝ ਸਮਝਿਆ ਨਹੀਂ। ਬੇਟਾ ਸਿਮਰਨ, ਇੱਧਰ ਆਓ ਬੇਟਾ। ਹਾਂਜੀ ਮੰਮੀ। ਬੇਟਾ ਸਤਿ ਸ੍ਰੀ ਅਕਾਲ ਬੁਲਾਓ ਆਂਟੀ ਅੰਕਲ ਨੂੰ। ਅੰਕਲ ਜੀ ਸਤਿ ਸ੍ਰੀ ਅਕਾਲ, ਆਂਟੀ ਜੀ ਸਤਿ ਸ੍ਰੀ ਅਕਾਲ। ਮੰਮਾ ਇਹ ਕੁੜਤੇ ਕੀ ਪਤਾ? ਬੇਟਾ ਇਹ ਰੱਖੜੀ ਏ, ਇਹ ਵੀਰਾਂ ਨੂੰ ਬੰਨੀ ਜਾਂਦੀ ਏ। ਮੇਰੇ ਤਾਂ ਵੀਰ ਹੀ ਹੈ ਨੀ, ਮੈਂ ਕਿਹਦੇ ਰੱਖੜੀ ਬੰਨਾ? ਬੇਟਾ ਤੂੰ ਆਪਣੇ ਮਨਿੰਦਰ ਦੇ ਬੰਨਦੇ। ਇਹ ਕਿਹੜਾ ਮੇਰਾ ਵੀਰ ਹੈ? ਬੇਟਾ ਸਿਮਰਨ, ਮਨਿੰਦਰ ਬੇਟਾ ਜਾਓ, ਤੁਸੀਂ ਸਿਮਰਨ ਨੂੰ ਲੈ ਕੇ ਆਓ। Thank you.
ਪਤਾ ਨਹੀਂ ਕਿੱਥੇ ਰਹਿ ਗਿਆ ਯਾਰ, ਕਦੋਂ ਦਾ ਵੇਟ ਕਰੀ ਜਾਂਦਾ, ਹਲੇ ਤੱਕ ਨਹੀਂ ਆਇਆ। ਕਿੱਥੇ ਰਹਿ ਗਿਆ? ਆਪਾਂ ਕਾਲਜ ਵੀ ਜਾਣਾ ਸੀ, ਹਲੇ ਰਾਹ 'ਚ ਤੁਰਿਆ ਫਿਰਦਾ। ਚੱਲ ਚੱਲੀਏ ਆਪਾਂ, ਪਹਿਲਾਂ ਹੀ ਬਹੁਤ ਲੇਟ ਆ। ਬਾਈ ਸਤਿ ਸ੍ਰੀ ਅਕਾਲ। ਕੀ ਹਾਲ ਹੈ ਮੰਨੇ? ਤੁਹਾਨੂੰ ਹੀ ਫੋਨ ਲਾਉਣ ਲੱਗਾ ਸੀ ਯਾਰ। ਬਾਈ ਸੌਂ ਲੱਗੇ, ਮੇਰਾ ਤਾਂ ਕਾਲਜ ਜੀ ਨਹੀਂ ਲੱਗਦਾ। ਬਾਈ ਸਾਰਾ ਕਾਲਜ ਹੀ ਸੁਣਨਾ ਸੁਣਨਾ ਲੱਗੀ ਜਾਂਦਾ ਯਾਰ। ਘਬਰਾਉਣਾ ਕਿਉਂ ਹੈ? ਇਕੱਲੀ ਕਲਾਸਾਂ 'ਚ ਰਵਾਨਗੀ ਹੋਈ ਹੈ, ਕਾਲਜ 'ਚੋਂ ਨਹੀਂ ਮਿੱਤਰਾ। ਨਾਲੇ ਜੇ ਆਪਾਂ ਉੱਠ ਗਏ ਤਿੱਤਲੀਆਂ ਦਾ ਕੌਣ ਜੀ ਲਵਾਊ? ਉਹ ਵਾਹ ਬਾਈ ਤੇਰੇ, ਗੱਲ ਤਾਂ ਇੱਦਾਂ ਹੀ ਆ, ਨਾਲੇ ਆਪਣਾ ਚਿੱਟੇ ਵਾਲਾ ਕੰਮ ਤਾਂ ਚੱਲਦਾ ਹੀ ਰਹਿਣਾ। ਉਹ ਤਾਂ ਚੱਲਦਾ ਹੀ ਰਹੂ, ਕੰਮ ਤਾਂ ਆਪਾਂ ਅੱਗੇ ਹੋਰ ਚੌਕਣਾ ਕਰਾਂਗੇ। ਦੇਖੀ ਚੱਲ, ਇਹ ਕੰਮ ਨਹੀਂ ਆਪਾਂ ਛੱਡਦੇ। ਬਾਈ ਕਿੰਗਰੇ ਹੋਣਾ ਕੋਲੇ ਚੱਲਦੇ ਆ। ਕਿਵੇਂ ਆ ਘੁੱਗੀ, ਤੈਨੂੰ ਤੇਰਾ ਬਾਈ ਨਹੀਂ ਦੀਦਾ? ਇਹ ਜੋ ਸਿੱਧੀ ਸਿੱਧੀ ਆਉਂਦੀ ਹੈ ਹਵਾ, ਤੇ ਕਿਤੇ ਕੋਈ ਰੋਂਦਾ ਹੋਵੇਗਾ। ਆ ਬੈਠੇ ਆ। ਸਤਿ ਸ੍ਰੀ ਅਕਾਲ ਬਾਈ ਜੀ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਖਾਂਗੇ ਤਾਂ ਬਾਅਦ 'ਚ, ਪਹਿਲਾਂ ਆਪਾਂ ਬਿਜ਼ਨਸ ਦੀਆਂ ਗੱਲਾਂ ਕਰਦੇ ਹਾਂ। ਇਹ ਦੱਸੋ, ਮਾਲ ਮੂਲ ਕਿਵੇਂ ਵਿਕ ਰਿਹਾ ਆਪਣਾ? ਮਾਲ ਦਾ ਮੰਦਾ ਪਿਆ ਹੋਇਆ। ਉਹ ਕੰਮ ਤਾਂ ਆਪਣਾ ਚੰਗਾ ਹੋ ਜਾਣਾ ਸੀ, ਇਹ ਤਾਂ ਗੱਲ ਕਰ ਆਪਣੇ ਡੇਰੇ ਵਾਲੇ ਬਾਬਾ ਜੀ ਫੜੇ ਗਏ, ਉਹਦੇ ਕਾਰਨ ਥੋੜ੍ਹਾ ਜਿਹਾ ਇਹ ਮੰਦਾ ਪਿਆ। ਤੁਸੀਂ ਟੈਨਸ਼ਨ ਨਾ ਲਓ, ਕੰਮ ਤਾਂ ਆਪਣਾ ਚੌਗਣਾ ਹੋ ਜਾਣਾ ਸੀ, ਚੌਗਣਾ। ਬਾਕੀ ਕੀਤੀ ਸੀ ਮੈਂ ਗੱਲ ਇੰਸਪੈਕਟਰ ਸਾਹਿਬ ਨਾਲ, ਕਹਿੰਦੇ ਸੀ 2 ਦਿਨਾਂ ਤੱਕ ਆ ਜਾਣਾ ਬਾਹਰ। ਉਹ ਨਾਲੇ ਬਈ ਢਿੱਲੋ, ਜਦੋਂ ਦਾ ਰਾਂਝਾ ਫੜਿਆ ਗਿਆ ਨਾ, ਮੈਂ ਦਾ ਜੀ ਨਹੀਂ ਲੱਗਦਾ। ਰੱਬ ਦੀ ਸਹੁੰ ਕੱਲੀ ਬੈਠੀ ਰੋਂਦੀ ਰਹਿੰਦੀ ਆ, ਜੀ ਕਰਦਾ ਉਹਨੂੰ ਹੀ ਚੱਕ ਲਈਏ। ਉਹ ਚਲੋ ਓਏ ਮੁੰਡੇ, ਉਹ ਤੇਰੀਆਂ ਗੱਲਾਂ ਤਾਂ ਚੱਲਦੀ ਰਹਿਣੀਆਂ, ਤੂੰ ਨਹੀਂ ਲੋਟ ਆਉਂਦਾ। ਹੋਰ ਕੀ ਹਾਲ ਹੈ ਸਿਮਰਨ, ਕਿਵੇਂ ਰਿਹਾ ਤੇਰਾ ਸਫ਼ਰ? ਬਹੁਤ ਵਧੀਆ ਡੈਡੀ, ਸਤਿ ਸ਼੍ਰੀ ਅਕਾਲ। ਆ ਗਿਆ ਮੇਰਾ ਪੁੱਤ, ਅੱਜ ਮੈਂ ਬਹੁਤ ਖੁਸ਼ ਹਾਂ, ਵਧੀਆ ਨੰਬਰ ਲੈ ਕੇ ਮੇਰਾ ਨਾਂ ਉੱਚਾ ਕੀਤਾ ਮੇਰੇ ਸ਼ੇਰ ਨੇ। ਮੈਂ ਨਾ ਜੀ ਸੁੱਖ ਸੁੱਖੀ ਸੀ ਬਾਬਿਆਂ ਦੇ, ਮੇਰਾ ਸਿਮਰਨ ਨਾ ਵਧੀਆ ਨੰਬਰ ਲੈ ਕੇ ਪਾਸ ਹੋਵੇ ਤੇ ਮੈਂ ਫਿਰ ਉਹਦੀ ਸੁੱਖ ਪੂਰੀ ਕਰੂੰਗੀ, ਅਸੀਂ ਬਾਬਿਆਂ ਦੇ ਚੱਲੀਏ। ਓਏ ਕਿਸੇ ਬਾਬੇ ਬੂਬੇ ਨੇ ਕੁਝ ਨਹੀਂ ਕੀਤਾ, ਜਾਂ ਤਾਂ ਇਹਦੀ ਮਿਹਨਤ ਹੈ ਜਾਂ ਮੈਂ ਪੈਸੇ ਲਾਏ ਆ, ਮੈਂ ਨਹੀਂ ਜਾਣਾ ਕਿਸੇ ਬਾਬੇ ਬੂਬੇ ਦੇ। ਚੰਗਾ ਪੁੱਤ, ਤੁਸੀਂ ਬੈਠੋ, ਮੈਂ ਚਾਹ ਬਣਾ ਕੇ ਲਿਆਉਂਦੀ ਹਾਂ। ਕੀਤੀ ਹੋਈ ਮਿਹਨਤ ਤੇ ਕੀਤੀ ਹੋਈ ਸੇਵਾ, ਸ਼ਰਧਾ ਦੇ ਨਾਲ ਬੱਚਾ ਕਦੇ ਬੇਅਰਥ ਨਹੀਂ ਜਾਂਦਾ। ਸੇਵਾ ਮਨ ਲਾ ਕੇ ਕਰੀਏ ਨਾ ਤੇ ਬੇਅਰਥ ਨਹੀਂ ਜਾਂਦੀ, ਸੇਵਾ ਦਾ ਫਲ ਅਵਸ਼ ਪ੍ਰਾਪਤ ਹੁੰਦਾ, ਬੱਚਾ ਅਵਸ਼ ਪ੍ਰਾਪਤ ਹੁੰਦਾ। ਗੁਰੂਦੇਵ, ਮਿੰਦਰ ਦੀ ਸੇਵਾ ਤਾਂ ਬਹੁਤ ਹੋ ਚੁੱਕੀ ਹੈ ਜੀ। ਨਾ ਬੱਚਾ, ਅਜੇ ਉਹਦੀ ਸੇਵਾ ਬਹੁਤ ਰਹਿੰਦੀ ਹੈ। ਗੁਰੂਦੇਵ, ਉਹ ਕਿਹੜੀ ਸੇਵਾ ਜੀ? ਮਨਿੰਦਰ ਇੱਧਰ ਆਓ। ਹੋਵੇ ਬੱਚਾ ਜੀ। ਬਾਬਾ ਜੀ, ਅੱਜ ਬੱਚਾ ਅਸਾਂ ਵਾਸਤੇ ਨਾ ਪਿੰਡ ਵਿੱਚੋਂ ਭਿੱਖਿਆ ਮੰਗ ਕੇ ਲੈ ਕੇ ਆ, ਇਹ ਤੇਰੀ ਅੱਜ ਸੇਵਾ। ਜੋ ਹੁਕਮ ਬਾਬਾ ਜੀ। ਮੁੰਡਾ ਸੱਜਰਾ ਫਕੀਰ ਬਣਿਆ, ਕੰਨੀ ਮੁੰਦਰਾ ਪਵਾ ਫਕੀਰ ਬਣਿਆ, ਕੰਨੀ ਮੁੰਦਰਾ ਪਵਾ ਲਈਆਂ। ਤੇਰੇ ਇਸ਼ਕ ਨੇ ਪੱਟ ਸੁੱਟਿਆ, ਤੇਰੇ ਇਸ਼ਕ ਨੇ ਪੱਟ ਸੁੱਟਿਆ, ਐਵੇਂ ਅਕਲਾਂ ਗਵਾ ਲਈਆਂ। ਮੁੰਡਾ ਸੱਜਰਾ ਫਕੀਰ ਬਣਿਆ।
ਤੇਰਾ ਫਕੀਰ ਬਣਿਆ ਕੰਨੀ ਮੁੰਦਰਾਂ ਪਵਾ ਲਈਆਂ ਹੋ ਗਿਆ ਮਿਜ਼ਾਜ ਤੇਰੇ ਰੂਪ ਦਾ ਮਰੀਦ ਨੀ ਹੱਥ ਵਿੱਚ ਕਾਸਾ ਫੜੀ ਮੰਗੇ ਤੇਰੀ ਦੀਦ ਨੀ ਤੇਰੀ ਸ਼ਕਲ ਦੇ ਤਾਂਗੀਆਂ ਨੇ ਆਕੀ ਸ਼ਕਲਾਂ ਬਣਾ ਲਈਆਂ ਮੁੰਡਾ ਸੱਜਰਾ ਫਕੀਰ ਬਣਿਆ ਕੰਨੀ ਮੁੰਦਰਾ ਪਵਾ ਲਈਆਂ ਮਨਿੰਦਰ ਮਾਫ ਜੀ ਕਰਨਾ। ਕੌਣ ਮਨਿੰਦਰ? ਮੈਂ ਕੋਈ ਮਨਿੰਦਰ ਨਹੀਂ। ਫਿਰ ਤੂੰ ਜੇ ਮਨਿੰਦਰ ਨਹੀਂ ਫਿਰ ਮੇਰੀ ਆਵਾਜ਼ ਸੁਣ ਕੇ ਰੁਕਿਆ ਕਿਉਂ? ਮੈਂ ਮਨਿੰਦਰ ਨੂੰ ਦੀ ਆਹਰ ਤੋਂ ਵੀ ਪਛਾਣ ਸੀ ਸਰ। ਮਾਫ ਕਰਨਾ, ਮੈਂ ਕੁਝ ਨਹੀਂ ਜਾਣਦਾ, ਮੇਰਾ ਰਸਤਾ ਛੱਡੋ। ਜੇ ਤੂੰ ਮੈਨੂੰ ਛੱਡਣਾ ਹੀ ਸੀ ਤਾਂ ਝੂਠੇ ਸੁਪਨੇ ਕਿਉਂ ਵਿਖਾਏ? ਮੈਨੂੰ ਮਾਫ ਕਰੋ, ਮੈਂ ਕੁਝ ਨਹੀਂ ਜਾਣਦਾ। ਤੂੰ ਜੇ ਆ ਬਾਣਾ ਪਾ ਕੇ ਆਪਣੇ ਆਪ ਨੂੰ ਬਦਲ ਸਕਦਾ ਤਾਂ ਮੈਂ ਕਿਉਂ ਨਹੀਂ ਬਦਲ ਸਕਦੀ? ਮਨਿੰਦਰ, ਮੈਨੂੰ ਸਭ ਪਤਾ ਤੇਰੇ ਨਾਲ ਕੀ ਹੋਇਆ, ਮੈਨੂੰ ਜੋਤੀ ਨੇ ਸਭ ਦੱਸਤਾ। ਮੈਂ ਤੈਨੂੰ ਅੱਜ ਵੀ ਪਿਆਰ ਕਰਦੀ ਹਾਂ। ਵਾਹ ਓਏ ਰੱਬਾ, ਮੈਂ ਜ਼ਿੰਦਗੀ ਦੇ ਜਿੰਨਾਂ ਪਲਾਂ ਤੋਂ ਭੱਜ ਰਿਹਾ ਸੀਗਾ, ਮੈਨੂੰ ਉਹਨਾਂ ਪਲਾਂ 'ਤੇ ਲਿਆ ਕੇ ਫੇਰ ਖੜਾ ਤਾ। ਕੀ ਹਾਲ ਆ ਮਾਣ? ਤੈਨੂੰ ਬੰਦਾ ਲੈਣ ਭੇਜਿਆ ਬਾਈ। ਬਾਈ ਬੈਗ ਚੱਕ ਯਾਰ, ਬਾਹਲਾ ਭਾਰ ਹੈ। ਬਾਬੇ ਹੱਸਦੇ ਨੀ ਯਾਰ ਕਿਤੇ, ਬਾਬੇ ਆਉਂਦੇ ਆ। ਲੱਖ ਨਰਿੰਦਰ ਦਾ ਬਾਬਾ ਜੀ, ਸਤਿ ਸ਼੍ਰੀ ਅਕਾਲ ਜੀ। ਜਿਉਂਦਾ ਰਹੇ ਵੀ ਜਿਉਂਦਾ ਰਹੇ ਬੱਚਾ। ਹੋਰ ਬਾਬਾ ਜੀ, ਚੜ੍ਹਦੀ ਕਲਾ? ਵਧੀਆ, ਕਮਾ ਦਾ ਭਲਾ ਕਰੇ। ਹੋਰ ਫਿਰ? ਹਾਂਜੀ ਬਹੁਤ ਵਧੀਆ। ਕਿਵੇਂ ਚੱਲ ਰਿਹਾ ਜੀ ਕਾਰੋਬਾਰ? ਬਹੁਤ ਵਧੀਆ ਚੱਲ ਰਿਹਾ ਹੈਗਾ। ਪੈਸੇ ਪੂਸੇ ਦੀ ਟੈਨਸ਼ਨ ਨਾ ਲਿਓ ਜੀ, ਜਿੰਨਾ ਕਹੋਗੇ ਆਪਾਂ ਮਾਇਆ ਦੇ ਢੇਰ ਲਾ ਦਾਂਗੇ ਤੁਹਾਡੇ ਚਰਨਾਂ 'ਚ। ਕੋਈ ਗੱਲ ਨਹੀਂ ਬੱਚਾ, ਸਦਾ ਬਾਰਡਰ ਤੁਹਾਡੇ ਵਾਸਤੇ ਖੁੱਲ੍ਹਾ ਹੈਗਾ। ਉਹ ਲਿਆ ਬਾਬਾ, ਦਰਸ਼ਨ ਕਰਾ ਮਾਲ ਦੇ। ਮਾਲ ਦੇ ਜਿੰਨਾ ਮਾਲ ਮਰਜ਼ੀ ਬੱਚਾ ਤੁਹਾਡੇ ਵਾਸਤੇ। ਵਾਹ ਬਾਬਾ, ਕਿਆ ਬਾਤ ਆ, ਮਾਲ ਤਾਂ ਸਿਰੇ ਹੀ ਆ, ਚੈੱਕ ਕਰ ਬਾਈ। ਹੁਣ ਆਊ ਨਜ਼ਾਰਾ, ਇਸ ਵਾਰ ਸਾਰੀ ਨਵੀਂ ਮੰਡੀਰ ਚੱਕੀ ਆ, ਕੰਮ ਦੇਖਿਓ ਹੁੰਦੇ ਆਪਣੇ। ਪੈਸਿਆਂ ਦੀ ਟੈਨਸ਼ਨ ਨਾ ਲਿਓ ਬਾਬਾ ਜੀ, ਹੱਥ ਰੱਖਿਓ ਆਪਦਾ ਸਿਰ 'ਤੇ, ਬਾਪੂ ਜੀ ਨਾਲ ਗੱਲ ਕਰ ਲਈ ਆ। ਚਲੋ ਚੰਗਾ ਜੀ। ਲੈ ਵੀ ਬਾਬੇ ਤਾਂ ਆਪਾਂ ਨੂੰ ਮਾਲ ਪੂਰਾ ਪਹੁੰਚਾਉਣਗੇ, ਹੁਣ ਦੇਖੀ ਕੀ ਬਣਦਾ। ਬਾਈ ਆਪਾਂ ਪਹਿਲਾਂ ਹੀ ਬਲ ਲੇਟ ਆ। ਮਾਰਤੇ ਹੋ ਭਰਾਵਾ ਦੀਪ ਤੇਰੇ ਬੈਗ ਨੇ।
ਲੈ ਬਈ ਦੀਪ ਆਹ ਬੈਡ ਹੈਗਾ ਮੇਰਾ ਤੇ ਮਾਨ ਦਾ ਅਸੀਂ ਪਾਵਾਂਗੇ ਕੂਲਰ ਮੂਰੇ ਆਹ ਹੈਗਾ ਤੇਰਾ ਬੈਡ ਚੁੱਪ ਕਰਕੇ ਇੱਥੇ ਪੈ ਜੀ ਠੀਕ ਹੈ ਨਾ ਨਾ ਮੇਰਾ ਤਾਂ ਉਹ ਬੈਡ ਹੈ ਐਵੇਂ ਤੇਰਾ ਉਹ ਬੈਡ ਨਿੱਕਾ ਜਿਹਾ ਹੈ ਤੂੰ ਇੱਥੇ ਪੈ ਜੀ ਚੁੱਪ ਕਰਕੇ ਨਾਲੇ ਬਾਈ ਮਾਨ ਅੱਜ ਲਾਸਟ ਡੇਟ ਆ ਫੋਨ ਦੀ ਮੈਂ ਥੱਲੇ ਜਾ ਕੇ ਪਤਾ ਕਰਦਾ ਤੇ ਤੁਸੀਂ ਜਲਦੀ ਜਲਦੀ ਆ ਜਾਓ ਮਾਨ ਫੋਰਮ ਆਪਾਂ ਅੱਜ ਹੀ ਭਰਨੇ ਆ ਲਾਸਟ ਡੇਟ ਆ ਮੈਂ ਇਹੀ ਕਹਿਣ ਆਇਆ ਸੀ ਐਡੀ ਵੱਡੀ ਲੈਣ ਯਾਰ ਹਜੇ ਤੱਕ ਨਹੀਂ ਆਏ ਮੈਨੂੰ ਹੀ ਦੇਖਣਾ ਪੈਣਾ ਲੈ ਬਈ ਮੈਂ ਤਾਂ ਹੋ ਗਿਆ ਤਿਆਰ ਮਾਨ ਇੰਨਾ ਟਾਈਮ ਯਾਰ ਉੱਥੇ ਲੈਣ ਪਤਾ ਕਿੰਨੀ ਲੰਬੀ ਲੱਗੀ ਵੀ ਆ ਜਲਦੀ ਕਰ ਯਾਰ ਤਿਆਰ ਹੋ ਮਾੜਾ ਜਾ ਬਸ ਬਸ ਆ ਗਏ ਚੱਲ ਪਹੁੰਚ ਮੈਂ ਨਾਲ ਹੀ ਲੈ ਕੇ ਜਾਣਾ ਤੁਹਾਨੂੰ ਲੈ ਬਈ ਚੱਲ ਇੱਕ ਵਾਰੀ ਇੱਥੇ ਹੀ ਪਾ ਦੇ ਯਾਰ ਤੌਲੀਆ ਚੱਲ ਬਈ ਮਿੱਤਰਾ ਮਿੰਟ ਮਾਰ ਕਰਾਂ ਚਲੋ ਯਾਰ ਆ ਵੀ ਮੰਨਿਆ ਕਰ ਕੋਈ ਸਮਾਨ ਦਾ ਹੱਲ ਫਿਰ ਯਾਰ ਸਮਾਨ ਦਾ ਹੱਲ ਮੈਂ ਕੀ ਕਰਾਂ ਮੈਂ ਤਾਂ ਤੇਰੇ ਕੋਲ ਆਇਆ ਸੀ ਪੂਰਾ ਨਗਨੀ ਨੁਗਨੀ ਖਵਾ ਦੇ ਨਗਨੀ ਯਾਰ ਮੇਰੇ ਕੋਲ ਦਾ ਪੈਣੀ ਚੱਲ ਐਂ ਕਰ ਫਿਰ ਕਰ ਪੈਸਿਆਂ ਦਾ ਹੱਲ ਕਰ ਪੈਸਿਆਂ ਦਾ ਹੱਲ ਤੇਰੇ ਕੋਲ ਹੈ ਨੀ ਤਾਂ ਤੈਨੂੰ ਕਿਹਾ ਯਾਰ ਮੈਂ ਤੂੰ ਪੈਸਿਆਂ ਦਾ ਹੱਲ ਤਾਂ ਕਰ ਪੈਸਿਆਂ ਦਾ ਹੱਲ ਤਾਂ ਯਾਰ ਪੈਸਿਆਂ ਦਾ ਹੱਲ ਤਾਂ ਹੋ ਗਿਆ ਦਿਮਾਗ ਤਾਂ ਨਹੀਂ ਖਰਾਬ ਮਾੜਾ ਯਾਰ ਪਿੱਛੇ ਤਾਂ ਦੇਖ ਪਾ ਦੀਏ ਸਕੀਮ ਫਿਰ ਦੇਖ ਬਾਈ ਦੇ ਵਿੱਚ ਵੱਜਦਾ ਫਿਰਦਾ ਬਾਈ ਸੱਚੀ ਉਹਨੇ ਪੈਸੇ ਖੋਲੇ ਡੇਲੀ ਦਾ ਕੰਮ ਹੈ ਨਸ਼ੇੜੀ ਬੰਦਿਆਂ ਦਾ ਪੈਸੇ ਖੋਣਾ ਚਲੋ ਯਾਰ ਆਪਾਂ ਫਾਰਮ ਭਰਨੇ ਆ ਜਾ ਕੇ ਜਲਦੀ ਬਾਈ ਮੇਰਾ ਫਾਰਮ ਤੂੰ ਭਰ ਦੇ ਸਾਰੇ ਕੰਮ ਅਸੀਂ ਕਰੀ ਜਾਈਏ ਹੁਣ ਤੇਰੇ ਲੈਣ ਚ ਲੱਗ ਚੁੱਪ ਕਰਕੇ ਮੈਂ ਫਾਰਮ ਭਰਨੇ ਆ ਓਏ 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 ਮੈਂ ਫਾਰਮ ਭਰਨ ਗਿਆ ਸੀਗਾ ਬਾਈ ਜਿਹੜੇ ਮੁੰਡੇ ਦੇ ਪੈਸੇ ਖੋਏ ਆ ਮੈਨੂੰ ਲੱਗਦਾ